ਤੁਹਾਡਾ ਮੈਮ ਜੀ ਨਾਮ ਕੀ ਹੈ ਜੀ? ਅਰਸ਼ਦੀਪ। ਆ ਗੁੱਤ ਦਾ ਕੀਰਾ ਜਿਹੜੀ ਐ ਪੂਰੀ ਇੱਕ ਮੋਢੇ ਤੇ ਰੱਖੇ ਵੀ ਕੋਈ ਚੱਕਰ ਵਾਲੀ ਗੱਲ ਨਹੀਂ, ਜੇ ਕੋਈ ਬੰਦਾ ਆ ਗਿਆ ਐਂ ਕਗਾਵਾਂਗੇ। ਇਹ ਠੀਕ ਹੈ ਵੀ ਮੁੰਡਾ ਡਰਾਈਵਿੰਗ ਕਰ ਲੈਂਦਾ। ਮੈਮ ਤੁਸੀਂ ਡਰਾਈਵਿੰਗ ਕਰਦੇ ਹੋ, ਸ਼ੌਂਕ ਹੈਗਾ ਜੀ? ਨਹੀਂ ਮੈਨੂੰ ਜਮਾ ਹੀ ਨਹੀਂ ਆਉਂਦੀ। ਚਲਾਇਓ ਵੀ ਨਾ ਕਰਿਓ ਜੀ। ਗੁੱਤ ਤਾਂ ਬੜੇ ਸੋਹਣੇ ਤਰੀਕੇ ਨਾਲ ਕੀਤੇ ਆ, ਬਹੁਤ ਸੋਹਣੇ ਲੱਗ ਰਹੇ ਨੇ ਜੀ। ਥੈਂਕ ਯੂ। ਆ ਗਈ ਬਾਪਾਂ ਚ ਇਹਨਾਂ ਤਾਂ ਕੁੜੀਆਂ ਚੱਲਦੀਆਂ ਨਹੀਂ। ਉੱਥੇ ਕੰਮ ਕੀ ਸੁਧਵੀ, ਕੰਮ ਕੀ ਕਰਨਾ? ਦਿਹਾੜੀ। ਠੀਕ ਹੈ ਕੰਮ ਫਿਰ, ਠੀਕ ਹੈ ਉੱਥੇ ਦਿਹਾੜੀ ਕਰ ਰਹੀ ਹੈ। ਕੋਈ ਨਾ, ਮੈਂ ਤੁਹਾਡੇ ਵਾਸਤੇ ਸੀ, ਤੁਹਾਨੂੰ ਤੁਸੀਂ ਭੱਠੇ 'ਤੇ ਲਵਾ ਦਾਂਗੇ ਜੀ। ਵੀ ਲੈ ਜਾਂਗੇ ਬੈਂਡ ਕੈਮਾ, ਮਤਲਬ ਪੇਪਰ ਦੇ ਦਾ ਜਾਂ ਦੇਣਾ ਜੀ ਹਜੇ? ਦੇਣਾ ਜੀ। ਅੱਛਾ ਜੀ, ਉਰੇ ਕਿੰਨੇ ਬੈਂਡ ਆ ਜਾਂਦੇ ਜੀ? ਹਜੇ ਤਾਂ ਘੱਟ ਹੀ ਆਉਂਦੇ ਜੀ। ਫਿਰ ਵੀ ਕੋਈ ਮੰਨੇ, ਚਲੋ 4.5 ਵੀ ਹੁੰਦਾ ਜੀ ਇੱਕ। ਹਾਂਜੀ ਆ ਜਾਂਦੇ ਨੇ ਤਾਂ 4.5। ਕਿੰਨੇ ਟਾਈਮ ਦਵਾਈ ਆਲਸ ਕਰਦੇ ਹੋ? ਹਜੇ 20-25 ਦਿਨ ਹੋਏ ਆ। ਵੀ ਹਜੇ ਕਿੰਨਾ ਟਾਈਮ ਹਜੇ ਹੋਰ ਲਾਉਣਾ? 1.5-2 ਸਾਲ ਮੰਨ ਕੇ ਚੱਲੋ। ਡਿਗਰੀ ਕਰ ਹੀ ਲਈ ਪੂਰੀ ਫਿਰ? ਹਰਮੀਤ ਕੌਰ, ਆ ਮੈਮ ਪੈਂਟ ਦਾ ਕੀ? ਸਰ ਇਹ ਵੱਡੀ ਫੈਸ਼ਨ ਹੈ। ਅੱਛਾ ਫੈਸ਼ਨ ਹੈ ਜੀ। ਮੈਂ ਕਹਿਣ ਲੱਗਦੀ 20-20 ਰੁਪਏ ਪਾ ਦਿਓ, ਕਿੱਡੀ ਗੱਲ ਹੈ। ਕੋਈ ਤੇ ਬਾਹਲੀ ਗਰੀਬੀ ਆਈ ਹੋਈ ਆ ਓਏ। ਉਹ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਨਹੀਂ ਦਿਖਾਉਂਦੇ ਨਹੀਂ ਦਿਖਾਉਂਦੇ। ਚੱਲ ਇੱਕ ਗੱਲ ਹੋਰ ਆ, ਮੁੰਡੇ ਦੇ ਦੇਖ ਲਓ ਆਇਲਸ ਕਰਦੇ ਕਰਦੇ ਚਿੱਟੇ ਵਾਲ ਆ ਗਏ। ਤੈਨੂੰ ਸਰਟੀਫਿਕੇਟ ਦੀ ਲੋੜ ਨਹੀਂ, ਤੈਨੂੰ ਪੈਨਸ਼ਨ ਦੀ ਲੋੜ ਹੈ। ਕਹਿੰਦੇ ਹੋਇਆ ਕੀ ਸੀ, ਮਤਲਬ ਕਿਊ ਕਾਰਡ ਸਮਝ ਨਹੀਂ ਆਇਆ, ਗੱਲ ਕੀ ਬਣੀ ਸੀ? ਕੁਐਸਚਨ ਨਹੀਂ ਸਮਝ ਆਇਆ ਮੈਂ ਕਿਹਾ ਸਰ ਨੂੰ ਕੁਐਸਚਨ ਰਿਪੀਟ ਕਰੇ। ਹਾਂ ਅੱਛਾ, ਪੰਜਾਬੀ 'ਚ ਕਹਿੰਦਾ? ਪੰਜਾਬੀ 'ਚ ਕਹਿੰਦਾ ਜੀ। ਜਨਮ ਕਦੋਂ ਹੋਇਆ ਜੀ? ਹੁਣ ਮੇਨ ਚੀਜ਼ ਸੁਣਿਓ, ਦੱਸ ਦਿਓ ਮੈਮ, ਦੱਸ ਦਿਓ ਜੀ ਕਦੋਂ ਹੋਇਆ ਜੀ? ਮੈਂ ਤੁਹਾਡਾ ਵੀ ਜੀ ਕਰਦਾ ਵੀ ਗੋਲ ਗੋਲ ਗੱਪੇ ਖਾਏ ਕਰੀਏ ਜੀ। ਖਾਈਦੇ ਆ, ਦੇਖ ਕੇ ਚੰਗਾੜ ਲਿਖੜਦੇ ਵੀ ਹਾਏ। ਤਾਂ ਗੱਲਬਾਤ ਕਰਦੇ, ਤੁਹਾਡੇ ਨਾਲ ਗੱਲਬਾਤ ਹੋਊਗੀ ਜੀ? ਮੈਂ ਕਰਨੀ ਵੀ ਨਹੀਂ ਜੀ। ਮੈਂ ਹੁਣ ਇਹ ਮੁੰਡਾ ਹੁਣ ਅੱਗੇ ਕੀ ਬਣੂਗਾ ਜੀ? ਇਹ ਉਹ ਮਰਦ ਬਣੇਗਾ, ਉਹ ਸੋਚ ਰਿਹਾ ਮੈਂ ਕਹਾਂ ਕੀ। ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟੂਡੈਂਟ ਮਹਿਕਮਾ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਅਤੇ ਅੱਜ ਦੀਆਂ ਜਿਹੜੀਆਂ ਰੌਣਕਾਂ ਨੇ ਜੀ, ਉਹ ਲੱਗਣਗੀਆਂ ਬਠਿੰਡੇ ਦੇ ਵਿੱਚ। ਇੰਸਟੀਟਿਊਟ ਦਾ ਜਿਹੜਾ ਨਾਮ ਹੈ ਜੀ, ਉਹ ਪਹਿਲਾਂ ਬੱਚੇ ਦੱਸਣਗੇ ਅਤੇ ਫਿਰ ਮੈਂ ਦੱਸੂੰਗਾ। ਸੋ ਹਾਂਜੀ, ਇੰਸਟੀਟਿਊਟ ਦਾ ਨਾਮ ਕੀ ਹੈ ਜੀ? ਕਿਆ ਬਾਤ, ਥੋੜ੍ਹਾ ਦਲੀਆ ਜਿਹਾ ਬਣਾ ਤਾ, ਗੱਲ ਨਹੀਂ ਬਣੀ। ਦੇਖੋ ਇੰਸਟੀਟਿਊਟ ਦਾ ਨਾਮ ਫਿਰ ਪੁੱਛੂੰਗਾ, ਦੁਆਰੇ ਗੱਜ ਕੇ ਜੇ ਫਿਰ ਦੱਸ ਦਿਓ, ਜਕਾਰਾ ਨਹੀਂ ਛੱਡਣਾ। ਉਹ ਖੜ ਜਾਤਾ ਆ, ਬੋਲਤਾ ਲੈਣ ਦੇ। ਸੋ ਇੰਸਟੀਟਿਊਟ ਦਾ ਨਾਮ ਪੁੱਛਦੇ ਹਾਂ, ਸੋ ਇੰਸਟੀਟਿਊਟ ਦਾ ਨਾਮ ਕੀ ਹੈ ਜੀ? ਹਾਂਜੀ, ਸੋ ਇੰਸਟੀਟਿਊਟ ਦਾ ਨਾਮ ਹੈ ਸਟੈਲ ਆਇਲਸ ਇੰਸਟੀਟਿਊਟ ਹੈ ਜੀ, ਬਠਿੰਡੇ ਦੇ ਵਿੱਚ ਪੈਂਦਾ। ਸੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ, ਪਹਿਲੇ ਬੱਚੇ ਨਾਲ ਗੱਲਬਾਤ ਕਰਦੇ। ਸੋ ਕਿਹੜੀ ਮੈਂ ਤੁਸੀਂ ਕੰਟਰੀ ਜਾਣਾ ਚਾਹੁੰਦੇ ਹੋ ਜੀ? ਕੈਨੇਡਾ। ਕੈਨੇਡਾ ਜਾਣਾ, ਕੈਨੇਡਾ ਜਾ ਕੇ ਸੋਚਦੇ ਹੋ ਕਿ ਵੀ ਕਰਨਾ ਕੀ ਹੈ ਲਾਈਫ 'ਚ? ਹਜੇ ਸੋਚਿਆ ਹੀ ਨਹੀਂ। ਕੀ ਹੈ ਜੀ? ਅਰਸ਼ਦੀਪ ਕੌਰ। ਅਰਸ਼ਦੀਪ ਕੌਰ ਕਿਹੜੇ ਪਿੰਡ ਤੋਂ ਮੈਮ? ਜੈ ਸਿੰਘ ਵਾਲਾ। ਜੈਮ ਸਿੰਘ ਵਾਲਾ? ਜੈ ਸਿੰਘ ਵਾਲਾ। ਜੈ ਸਿੰਘ ਵਾਲਾ ਜੀ, ਕਿੰਨੇ ਟਾਈਮ ਤੋਂ ਮੈਮ ਆਇਲਸ ਕਰਦੇ ਹੋ ਜੀ? 4 ਮੰਥ ਹੋ ਗਏ ਜੀ। 4 ਮੰਥ? ਕਿੰਨਾ ਟਾਈਮ ਅਜੇ ਹੋਰ ਲਾਉਣਾ ਜੀ? ਨੈਕਸਟ ਮੰਥ ਪੇਪਰ ਹੈ। ਨੈਕਸਟ ਮੰਥ ਪੇਪਰ ਹੈ। ਕਿੰਨੇ ਕੁ ਮੈਡਮ ਮੌਕ ਟੈਸਟ 'ਚ ਆ ਜਾਂਦੇ ਜੀ? 6th ਆ ਜਾਂਦੇ ਜੀ। 6th ਆ ਜਾਂਦੇ ਜੀ। ਪੇਪਰ 'ਚ ਕਿੰਨੀ ਉਮੀਦ ਲਾਉਂਦੇ ਜੀ ਆ ਜਾਣਗੇ? 6.5 ਦੀ ਰਿਕੁਆਇਰਮੈਂਟ ਹੈ। ਮੌਕ ਟੈਸਟ ਤੋਂ ਉੱਪਰ ਜਾਂਦੇ ਕੁੜੀ? ਨਹੀਂ ਨਹੀਂ, ਠੀਕ ਹੈ ਕੰਮ, ਠੀਕ ਹੈ ਠੀਕ ਹੈ। ਜਾਣਾ ਕਿੱਥੇ ਮੈਮ ਤੁਸੀਂ ਜੀ? ਕੈਨੇਡਾ। ਕੈਨੇਡਾ ਜਾਣਾ ਜੀ। ਸੋ ਦੋ ਕੁੜੀਆਂ ਸਾਨੂੰ ਕੈਨੇਡਾ ਟੱਕਣੇ ਨੇ, ਤੁਹਾਡਾ ਮੈਮ ਜੀ ਨਾਮ ਕੀ ਹੈ ਜੀ? ਅਰਸ਼ਦੀਪ ਕੌਰ। ਆ ਗੁੱਤ ਦਾ ਕੀਰਾ ਜਿਹੜੀਆਂ ਐ ਪੂਰੀ ਇੱਕ ਮੋਢੇ ਤੇ ਰੱਖੇ ਵੀ ਕੋਈ ਚੱਕਰ ਵਾਲੀ ਗੱਲ ਨਹੀਂ, ਜੇ ਕੋਈ ਬੰਦਾ ਗਿਆ ਕਗਾਵਾਂਗੇ। ਨਹੀਂ ਨਹੀਂ, ਠੀਕ ਹੈ ਕੰਮ, ਠੀਕ ਹੈ ਠੀਕ ਹੈ। ਇਹ ਮੈਮ ਇਹ ਮੰਨ ਕੇ ਚਲੋ ਵੀ ਗੁੱਤ ਬੜੇ ਸੋਹਣੇ ਤਰੀਕੇ ਨਾਲ ਕੀਤੇ ਆ, ਬਹੁਤ ਸੋਹਣੇ ਲੱਗ ਰਹੇ ਨੇ ਜੀ। ਥੈਂਕ ਯੂ। ਆ ਗਈ ਬਾਪਾਂ 'ਚ, ਇਹਨਾਂ ਤਾਂ ਕੁੜੀਆਂ ਚੱਲਦੀਆਂ ਨਹੀਂ। ਨਹੀਂ ਨਹੀਂ, ਠੀਕ ਹੈ ਠੀਕ ਹੈ। ਨਹੀਂ ਨਹੀਂ ਨਹੀਂ, ਬਹੁਤ ਸੋਹਣੀ, ਬਹੁਤ ਸੋਹਣੇ ਹੋ। ਕਿੱਦਾਂ ਦੇ ਮੈਮ ਸ਼ੌਂਕ ਰੱਖਦੇ ਹੋ ਜੀ? ਇੱਕ ਤਾਂ ਗੁੱਤ ਦਾ ਹੋ ਗਿਆ ਜੀ, ਦੂਜਾ ਸ਼ੌਂਕ ਕੀ ਹੈ ਜੀ? ਡਰੈਸਿੰਗ ਸੈਂਸ। ਡਰੈਸਿੰਗ ਸੈਂਸ ਦਾ ਜੀ। ਤੀਜਾ ਇੱਕ ਹੋਰ ਦੱਸ ਦਿਓ ਮੈਮ, ਪਤਾ ਲੱਗੇ ਜੀ। ਇੱਕ ਕੈਨੇਡਾ ਜਾਣਾ ਹੈ। ਪੰਜਾਬੀ ਦਾ ਸ਼ੌਂਕ ਹੀ ਆਪਣਾ ਵੀ ਕੈਨੇਡਾ ਜਾਣਾ ਹੈ। ਕਿੱਦਾਂ ਦੇ ਸ਼ੌਂਕ ਨੇ ਤੁਹਾਡੇ ਭਰਾ? ਮੇਰੇ ਮਿਊਜ਼ਿਕ ਸੁਣ ਲੈਂਦੇ ਹਾਂ। ਸੋ ਕਿਆ ਬਾਤ ਹੈ, ਡਰਾਈਵਿੰਗ। ਹਾਂ ਇਹ ਠੀਕ ਹੈ ਵੀ ਮੁੰਡਾ ਡਰਾਈਵਿੰਗ ਕਰ ਲੈਂਦਾ। ਮੈਮ ਤੁਸੀਂ ਡਰਾਈਵਿੰਗ ਕਰਦੇ ਹੋ, ਸ਼ੌਂਕ ਹੈਗਾ ਜੀ? ਨਹੀਂ ਮੈਨੂੰ ਜਮਾ ਹੀ ਨਹੀਂ ਆਉਂਦੀ। ਚਲਾਇਓ ਵੀ ਨਾ ਕਰੇ ਜੀ? ਨਹੀਂ ਨਹੀਂ ਨਹੀਂ, ਕਈ ਵਾਰੀ ਮੈਨੂੰ ਵੀ ਖਤਰਾ ਲੱਗਦਾ ਹੈ, ਪਤਾ ਕਿਵੇਂ ਬਾਈ? ਖੁਸ਼ਵੰਤ ਸਿੰਘ। ਖੁਸ਼ਵੰਤ ਮੇਰੇ, ਕਿਆ ਬਾਤ ਆ, ਪੰਜਾਬੀਆਂ ਵਾਲਾ ਨਾਮ ਆ ਗਿਆ। ਉਹ ਹੁਣ ਨਾਮ ਹੀ ਬੜੇ ਵੱਖਰੇ ਵੱਖਰੇ ਚੱਲ ਪਿਆ, ਠੀਕ ਹੈ ਖੁਸ਼ਵੰਤ, ਜਾਂਟਾ, ਭੋਲਾ, ਬੜੇ ਸੋਹਣੇ ਸੋਹਣੇ ਨਾਮ ਹੈ ਪੰਜਾਬੀਆਂ ਦੇ। ਬਹੁਤ ਬਹੁਤ ਸ਼ੁਕਰੀਆ ਵੀਰੇ। ਕਿੱਦਾਂ ਦੇ ਬਾਈ ਸ਼ੌਂਕ ਰੱਖਦੇ ਹੋ? ਮੈਂ ਚੈਸ ਖੇਲਣਾ ਔਰ ਮੂਵੀ ਦੇਖਣਾ, ਮਿਊਜ਼ਿਕ ਸੁਣਨਾ। ਔਰ ਮਿਊਜ਼ਿਕ ਕਿਵੇਂ ਗੱਲ 'ਚ ਚੜ ਗਿਆ ਸੀਗਾ? ਹਾਂਜੀ, ਮਿਊਜ਼ਿਕ ਕਿਵੇਂ ਮੈਂ ਗੱਲ 'ਚ ਚੜ ਗਿਆ ਸੀਗਾ? ਉਹੀ ਅੜ ਜਾਂਦਾ, ਉਹ ਤਾਂ ਵੈਸੇ ਹੀ ਵੈਸੇ ਅੜ ਗਿਆ ਸੀਗਾ। ਕਿੰਨੇ ਟਾਈਮ ਤੋਂ ਬਾਈ ਆਇਲਸ ਕਰਦੇ ਹੋ? ਹਜੇ 20-25 ਦਿਨ ਹੋਏ ਆ। ਵੀ ਹਜੇ ਕਿੰਨਾ ਟਾਈਮ ਅਜੇ ਹੋਰ ਲਾਉਣਾ? 1.5-2 ਸਾਲ ਮੰਨ ਕੇ ਚੱਲੋ। ਡਿਗਰੀ ਕਰ ਹੀ ਲਈ ਪੂਰੀ ਫਿਰ? 3 ਸਾਲ ਲਾ ਦੀ ਪੂਰੇ?
ਭਾਜੀ ਤੁਹਾਡਾ ਨਾਮ ਕੀ ਹੈ? ਸ਼ਮਿੰਦਰ ਸਿੰਘ। ਇਹ ਦੇਖਦਾ ਸੀ ਮੇਰੇ ਕੋਲ ਨਹੀਂ ਆਊਗਾ ਜਾਂ ਨਹੀਂ ਆਊਗਾ। ਨਹੀਂ ਨਹੀਂ ਬਈ ਠੀਕ ਹੈ ਕੰਮ। ਕਿੰਨੇ ਟਾਈਮ ਤੋਂ ਭਾਈ ਤੁਸੀਂ ਆਇਲਸ ਕਰਦੇ ਹੋ? ਸਾਲ ਹੋ ਗਿਆ ਭਾਈ ਯਾਰ। ਸਾਲ ਹੋ ਗਿਆ, ਤੂੰ ਵੀ ਮਤਲਬ ਡਿਗਰੀ ਕਰਕੇ ਜਾਏਗਾ? ਹਾਂ ਕਰਕੇ ਚੱਲਾਂਗਾ। ਨਹੀਂ ਨਹੀਂ ਠੀਕ ਹੈ ਕੰਮ, ਠੀਕ ਹੈ ਠੀਕ ਹੈ। ਕਿੰਨੇ ਕੁ ਬੈਂਡ ਆ ਜਾਂਦੇ ਮੌਕ ਟੈਸਟ 'ਚੋਂ, ਸੱਚ ਦੱਸੀ? ਬਈ ਹਜੇ ਇੱਥੇ ਤਾਂ ਦਿੱਤਾ ਨਹੀਂ, ਊਂ ਜਿਹੜੇ ਪਹਿਲਾਂ ਦਿੱਤੇ ਆ ਉਹਦੇ 5.5 ਆਉਂਦੇ ਆ। ਨਹੀਂ 5.5 ਫਿਰ ਤਾਂ ਠੀਕ ਹੈ। ਕੈਨੇਡਾ ਦੇ ਲਵੇ ਆ, ਜਾਣਾ ਕਿੱਥੇ ਵੈਸੇ ਬੇਸਿਕਲੀ? ਊਂ ਚਾਹੁੰਦਾ ਕੈਨੇਡਾ ਹੀ ਜਾਣਾ। ਕੈਨੇਡਾ ਹੀ ਜਾਣਾ? ਹਾਂ। ਕਿੰਨੇ ਟਾਈਮ ਤੋਂ ਬਈ ਤੁਸੀਂ ਆਇਲਸ ਕਰਦੇ ਹੋ? ਮੈਨੂੰ ਡੇਢ ਕੁ ਇਹ ਠੀਕ ਹੈ, ਮੁੰਡਾ ਟਾਈਮ ਵਾਲੀ ਲੈਣ 'ਤੇ ਆ ਗਿਆ। ਅੱਛਾ 1.5 ਸਾਲ ਹੋ ਗਿਆ ਬਾਈ, ਆਹ ਮਾਈਕ ਫੋਟ ਮਾੜਾ ਫਿਰ ਗੱਲਬਾਤ ਕਰੀਏ। 1.5 ਸਾਲ ਵੀ ਖੱਟਿਆ ਕੀ ਆਇਲਟਸ ਦੇ ਵਿੱਚ? ਵੀ ਐਂ ਲੱਗਦਾ ਵੀ ਯਾਰ ਮੇਰੀ ਇੰਨੀ ਕੁ ਇੰਪਰੂਵਮੈਂਟ ਹੋ ਗਈ, ਕੋਈ ਵੀ ਗੱਲਬਾਤ ਆਇਲਟਸ ਦੀ 1.5 ਸਾਲਾਂ 'ਚ? ਅੱਛਾ ਟਾਈਮ ਪਾਸ ਕੀਤਾ ਵੀ ਊਂ, ਹੁਣ ਉਮੀਦ ਲੱਗਦੀ ਵੀ ਬੈਂਡ ਮੇਰੇ ਅੱਗੇ ਆ ਜਾਣਗੇ? ਉਹ ਲੱਗੀ ਪਈ ਲਿਸਟ 'ਤੇ, 7 ਆਏ ਪਏ ਮੇਰੇ। ਅੱਛਾ 7 ਆਏ ਪਏ, ਇਹ ਤਾਂ ਝੋਟਾ ਯਾਰ ਸਾਹਿਬ ਦੀ ਗੱਲ ਹੈ। ਨਹੀਂ ਨਹੀਂ ਠੀਕ ਹੈ ਕੰਮ, ਠੀਕ ਹੈ। ਕਿੱਦਾਂ ਦੇ ਸ਼ੌਂਕ ਰੱਖਦੇ ਹੈ? ਸ਼ੌਂਕ ਤਾਂ ਬਸ ਕੁਛ ਨਹੀਂ, ਬਸ ਵਿਹਲੇ ਰਹਿੰਦੇ। ਜਾਂ ਫਿਰ ਆਈ ਹੈ ਵੀ ਇਹਦੀ ਡਿਗਰੀ ਸ਼ੌਂਕ ਨਾ ਕਰਨੀ ਪੂਰੀ ਹੋ ਰਹੀ? ਕੁਝ ਮਿਲਿਆ ਵੀ ਨਹੀਂ ਮਿਸਾਲ ਲਾ, ਤਾਂ ਕੋਈ ਸਰਟੀਫਿਕੇਟ ਵੀ ਨਹੀਂ ਦਿੱਤਾ? ਸਰਟੀਫਿਕੇਟ ਦਿੱਤਾ ਨਹੀਂ? ਉਹ ਤਾਂ ਦੇ ਦਿੰਦੇ ਇੰਨਾ ਟਾਈਮ ਲਾਇਆ। ਨਹੀਂ ਨਹੀਂ ਅਸੀਂ ਜ਼ਰੂਰ ਕਹਾਂਗੇ ਬਈ ਜਦੋਂ ਮੁੰਡੇ ਦੀ ਡਿਗਰੀ ਕੰਪਲੀਟ ਹੋਗੀ ਉਹਨੂੰ ਸਰਟੀਫਿਕੇਟ ਜ਼ਰੂਰ ਦਿਓ। ਪਤਾ ਕੀ ਤੇਰਾ ਤਾਂ ਵਰਲਡ ਕਿਹੜੀ ਬੁੱਕ ਆ, ਵਰਲਡ ਰਿਕਾਰਡ ਬੁੱਕ ਹੁੰਦੀ? ਕਿਹੜੀ ਬੁੱਕ ਹੁੰਦੀ ਆ ਉਹ 'ਚ ਤੇਰਾ ਨਾਮ 'ਚ ਪਾਵਾਂਗੇ, ਟੈਨਸ਼ਨ ਕਿਉਂ ਲੈਂਦਾ ਤੂੰ? ਇੱਕ ਗੱਲ ਹੋਰ ਆ, ਮੁੰਡੇ ਦੇ ਦੇਖ ਲਓ ਆਇਲਟਸ ਕਰਦੇ ਕਰਦੇ ਚਿੱਟੇ ਵਾਲ ਆ ਗਏ, ਤੈਨੂੰ ਸਰਟੀਫਿਕੇਟ ਦੀ ਲੋੜ ਨਹੀਂ, ਤੈਨੂੰ ਪੈਨਸ਼ਨ ਦੀ ਲੋੜ ਹੈ। ਤੁਸੀਂ ਮਜ਼ਾਕ ਕਰਦੇ ਮੇਰੇ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਤੁਹਾਡਾ ਬੜੇ ਭਾਈ ਨਾਮ ਕੀ ਹੈ? ਹਰਪ੍ਰੀਤ ਸਿੰਘ। ਬਹੁਤ ਸੋਹਣੀ ਪੱਗ ਆ ਵੀਰੇ, ਬਹੁਤ ਸੋਹਣੀ ਲੁੱਕ ਹੈ, ਬਹੁਤ ਸੋਹਣੀ ਲੱਗ ਰਹੇ ਹੋ। ਕਿਹਾ ਕਿਹਾ ਕੈਸਾ ਲੱਗਿਆ ਮੇਰਾ ਮਜ਼ਾਕ? ਵਧੀਆ। ਨਹੀਂ ਨਹੀਂ ਠੀਕ ਹੈ ਕੰਮ, ਠੀਕ ਹੈ। ਬਹੁਤ ਸੋਹਣਾ ਲੱਗ ਰਿਹਾ ਬਾਈ। ਅਤੇ ਕਿੰਨੇ ਟਾਈਮ ਤੋਂ ਬਾਈ ਆਇਲਸ ਕਰਦਾ? 4 ਮਹੀਨੇ ਹੋਏ। 4 ਮਹੀਨੇ ਹੋਏ? ਇਹ ਪਤਾ ਵੀ 4 ਮਹੀਨੇ ਹੀ ਹੋਇਆ, ਹਜੇ ਕਿੰਨਾ ਟਾਈਮ ਲਾਉਣਾ? 20 ਦਿਨ ਹੀ ਹੋਰ ਲਾਉਣੇ ਆ ਅਸੀਂ। ਅੱਛਾ 20 ਦਿਨ ਹੋਰ ਲਾਉਣੇ ਆ। ਪੇਪਰ ਭਰਤਾ ਜਾਂ ਭਰਨਾ ਹਜੇ? ਇੱਕ ਵਾਰੀ ਤਾਂ ਦੇਤਾ ਜੀ। ਉਦੋਂ ਭਾਣਾ ਕੀ ਵਾਪਰਿਆ? ਉਹ ਜਦੋਂ ਨਾਂ ਆਉਂਦੇ ਹੋਣਾ ਨਾ, ਉਦੋਂ ਫਿਰ ਪਾਣੀ ਵਾਪਰਦਾ ਹੁੰਦਾ। ਸਪੀਕਿੰਗ ਪੰਜਾਬੀ ਬੋਲ ਗਿਆ ਸੀ ਉੱਥੇ। ਅੱਛਾ ਸਪੀਕਿੰਗ ਪੰਜਾਬੀ ਬੋਲਿਆ? ਇਹ ਕੰਮ ਵੀ ਠੀਕ ਹੈ। ਨਹੀਂ ਹੋਇਆ ਕੀ ਸੀ, ਮਤਲਬ ਕਿਊ ਕਾਰਡ ਸਮਝ ਨਹੀਂ ਆਇਆ, ਗੱਲ ਕੀ ਬਣੀ ਸੀ? ਕੁਐਸਚਨ ਨਹੀਂ ਸਮਝ ਆਇਆ, ਮੈਂ ਕਿਹਾ ਸਰ ਨੂੰ ਕੁਐਸਚਨ ਰਿਪੀਟ ਕਰੇ। ਹਾਂ ਅੱਛਾ ਪੰਜਾਬੀ 'ਚ ਕਹਿੰਦਾ? ਪੰਜਾਬੀ 'ਚ ਕਹਿੰਦਾ। ਨਹੀਂ ਠੀਕ ਹੈ ਕੰਮ, ਠੀਕ ਹੈ। ਫਿਰ ਉਹ ਕੀ ਕਹਿੰਦੀ? ਜਾਂ ਸਰ ਸੀ ਜਾਂ ਮੈਮ ਸੀ? ਅੱਛਾ ਸਰ ਸੀਗੇ, ਉਹਨੇ ਤਾਂ ਫਿਰ ਬੈਂਡ ਨੇ ਦੱਸ ਹੀ ਦਿੱਤਾ ਜੀ ਵੀ ਆਹ ਚੱਕ ਦੱਸ ਤਾਂ ਪੰਜਾਬੀ 'ਚ। ਹਾਂਜੀ। ਫਿਰ ਕਿੰਨੇ ਆਏ? 5.5 ਆਏ ਸੀ। ਹਾਂਜੀ। ਹੁਣ ਕਿੰਨੇ ਦੀ ਉਮੀਦ ਲਾਉਣਾ? 6 ਦੀ। ਨਹੀਂ ਪਰਮਾਤਮਾ ਕਰੇ ਤੇਰੇ 6 ਬੈਂਡ ਆਉਣ। ਅਤੇ ਕਿਹੜੀ ਕੰਟਰੀ ਜਾਣਾ ਵੀਰੇ? ਕੈਨੇਡਾ ਜੀ। ਕੈਨੇਡਾ ਜਾਣਾ? ਸੋ ਬਹੁਤ ਬਹੁਤ ਸ਼ੁਕਰੀਆ ਵੀਰ। ਨਾਮ ਕੀ ਤੁਹਾਡਾ ਜੀ? ਹਰਸ਼। ਆਹ ਬਾਲਾਂ ਦਾ ਕਿਵੇਂ ਚੱਲ ਰਿਹਾ ਕੰਮ ਜੀ? ਪੂਰਾ ਸ਼ੌਂਕ ਸ਼ੌਂਕ ਲਾਇਆ ਜੀ। ਇੱਕ ਬਾਜ਼ਾਰ ਤੋਂ ਪੁੱਛਦਾ ਜੀ, ਲੰਮੀਆਂ ਲੰਮੀਆਂ ਤਾਰਾਂ ਵਿੱਚ ਫਿਰਨ ਹਜ਼ਾਰਾਂ ਕਾਰਾਂ ਜੀ। ਤੁਹਾਡਾ ਨਾਮ ਕੀ ਹੈ ਜੀ? ਕਿਵੇਂ ਕੌੜਾ ਕੌੜਾ ਦੇਖਦੇ ਮੇਰੇ ਵੱਲ ਜੀ? ਹੈਂਜੀ। ਨਾਮ ਕੀ ਹੈ ਜੀ? ਖੁਸ਼ਦੀਪ ਕੌਰ। ਖੁਸ਼ਦੀਪ ਕੌਰ ਜੀ, ਕਿੰਨੇ ਟਾਈਮ ਤੋਂ ਮੈਂ ਤੁਸੀਂ ਆਇਲਸ ਕਰਦੇ ਹੋ ਜੀ? 3 ਮਹੀਨੇ ਹੋ ਗਏ। ਇਹ ਕਿਵੇਂ ਉੜ ਜੀ ਗਿਆ ਦੀ ਕੰਮ ਜੀ? ਪਤਾ ਕੀ ਅਸਲ ਆਇਲਸ ਬੰਦੇ ਨੂੰ ਵਿਪਤਾ 'ਚ ਪਾਉਂਦੀ ਵੀ ਕਰੀਏ ਜਾਂ ਨਾ ਕਰੀਏ? ਹੁਣ ਕਿੰਨੇ ਬੈਂਡ ਆ ਜਾਂਦੇ ਸੱਚ ਦੱਸਿਓ ਜੀ? 5.5 ਆ ਜਾਂਦੇ। ਕਿੰਨੇ ਲੈਣੇ ਆ ਜੀ? 600 ਲੈਣੇ। ਹੈ ਜੀ? 600 ਵੀ ਤੁਹਾਡੀ ਗੱਲ ਚੜ ਗਈ ਤੀ ਜੀ, ਮੈਨੂੰ ਤਾਂ ਮਸੇ ਹੀ ਆਉਣਗੇ। ਨਹੀਂ ਪਰਮਾਤਮਾ ਕਰੇ ਤੁਹਾਡੀ ਛੇਤੀ ਛੇਤੀ ਬੈਂਡ ਆਉਣ। ਅਤੇ ਕਿੱਥੇ ਮੈਮ ਤੁਸੀਂ ਜਾਣਾ ਚਾਹੁੰਦੇ ਹੋ ਜੀ? ਕੈਨੇਡਾ। ਕੈਨੇਡਾ ਜਾਣਾ ਜੀ? ਹਾਂ ਤੁਸੀਂ ਮੈਮ ਕਿੱਥੇ ਜਾਣਾ ਜੀ? ਕੈਨੇਡਾ। ਸੋ ਜ਼ਿਆਦਾਤਰ ਜੇ ਆਪਾਂ ਯੂਥ ਦੀ ਗੱਲਬਾਤ ਕਰੀਏ ਸਾਨੂੰ ਕੈਨੇਡਾ ਟੱਕਰਦਾ। ਕਿੰਨੇ ਬੈਂਡ ਆ ਜਾਂਦੇ ਆ ਜੀ? 5.5 ਆ ਜਾਂਦੇ। ਠੀਕ ਹੈ। ਇੱਕ 4.5 ਵੀ ਹੁੰਦਾ? ਨਹੀਂ ਨਹੀਂ, ਉਹ ਤਾਂ ਨਹੀਂ ਕਦੇ ਭਾਣ ਵਾਪਰੇ ਜੀ। ਨਹੀਂ ਨਹੀਂ। ਅੱਛਾ 5.5 ਹੀ ਆ ਜਾਂਦੇ ਜੀ। ਅੱਗੇ ਕਿੰਨੇ ਕਹੋਗੇ ਜੀ? 6.5 ਤੱਕ ਚਾਹੀਦੇ। ਥੋੜੇ ਮਤਲਬ ਕਿ ਪਿੱਛੇ 5 ਜ਼ਰੂਰ ਲੱਗਦੇ ਜੀ? ਯੈਸ। ਕਿਤੇ ਮੂਹਰੇ 4 ਨਾ ਲੱਗ ਜਾ, ਡਰ ਹੈ ਜੀ? ਨਹੀਂ ਨਹੀਂ ਨਹੀਂ, ਪਰਮਾਤਮਾ ਕਰੇ ਤੁਹਾਡੇ ਵਧੀਆ ਵਧੀਆ ਬੈਂਡ ਆਉਣ। ਅਤੇ ਮੈਮ ਤੁਸੀਂ ਕਿਹੜੀ ਤੁਸੀਂ ਕੰਟਰੀ ਜਾਣਾ ਚਾਹੁੰਦੇ ਹੋ? ਕੈਨੇਡਾ ਜਾਣਾ ਚਾਹੁੰਦੇ ਹਾਂ। ਕੈਨੇਡਾ ਜਾਣਾ ਚਾਹੁੰਦੇ? ਇੱਥੇ ਆ ਕੇ ਤੁਹਾਡੀ ਇੰਪਰੂਵਮੈਂਟ ਹੈ ਜਿਹੜੀ, ਕਿੰਨੀ ਕੁ ਹੋਈ ਹੈ ਜੀ? ਕਾਫੀ ਹੱਦ ਤੱਕ ਹੋ ਗਈ। ਪਹਿਲਾਂ ਮਾਨੀ ਚਲ ਵੀ ਕੰਮ ਡਾਊਨ ਸੀਗਾ ਜੀ? ਪਹਿਲਾਂ ਬਹੁਤ ਡਾਊਨ ਸੀ। ਠੀਕ ਹੈ ਜੀ। ਇੱਧਰ ਆਪਾਂ ਗੱਲਬਾਤ ਕਰਦੇ, ਤੁਹਾਡੇ ਨਾਲ ਗੱਲਬਾਤ ਹੋ ਗਈ ਜੀ? ਮੈਂ ਕਰਨੀ ਵੀ ਨਹੀਂ ਜੀ, ਨਹੀਂ ਮਜ਼ਾਕ ਕਰਦੇ ਹਾਂ ਜੀ। ਤੁਹਾਡਾ ਨਾਮ ਕੀ ਹੈ ਜੀ? ਹਰਸਿਮਰਨ ਕੌਰ। ਕਦੇ ਘਰੇ ਆ ਕੇ ਇੰਗਲਿਸ਼ ਇੰਗਲਿਸ਼ ਬੋਲੀ ਆ ਬੜੀ ਮੋਟੀ? ਅੱਛੀ ਹੈ ਜੀ। ਕਿੱਦਾਂ ਦੀ ਬੋਲਦੇ? ਤੁਹਾਨੂੰ ਪਤਾ ਲੱਗਿਆ ਵੀ ਕੁੜੀ ਜਾ ਕੇ ਇੱਦਾਂ ਇੰਗਲਿਸ਼ ਬੋਲਦੇ? ਮਾੜਾ ਬੋਲ ਕੇ ਸੁਣਾਓ ਵੀ, ਮੰਮੀ ਸਾਹਮਣੇ ਬੋਲਦੇ ਜਾਂ ਡੈਡੀ ਸਾਹਮਣੇ ਬੋਲਦੇ? ਨਹੀਂ ਨਹੀਂ, ਮੈਂ ਤਾਂ ਕਦੇ ਸਿਸਟਰ ਨਾਲ ਹੀ ਗੱਲ ਕਰਦੀ ਹਾਂ। ਕੀ ਕਰ ਰਹੇ ਮੈਮ? ਮਾਈ ਨੇਮ ਇਜ਼ ਹਰਸਿਮਰਨ ਕੌਰ। ਵਾਓ, ਉਸ ਤੋਂ ਬਾਅਦ ਮੈਂ ਪੁੱਛਿਆ ਐਡੀ ਬੜੀ ਗੱਲ, ਹਾਊ ਆਰ ਯੂ? ਸ਼ੁਕਰ ਹੈ। ਨਹੀਂ ਨਹੀਂ ਠੀਕ ਹੈ ਕੰਮ, ਠੀਕ ਹੈ। ਆਈ ਐਮ ਫਾਈਨ ਮੈਮ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਜੀ। ਆ ਮੈਮ ਨਗਾਂ ਦਾ ਕੀ ਰਾਜ ਹੈ ਜੀ? ਕੁਛ ਨਹੀਂ, ਸ਼ੌਂਕ ਵਜੋਂ ਪਾਇਆ। ਸ਼ੌਂਕ ਨੂੰ ਪਾਇਆ? ਨਹੀਂ ਠੀਕ ਹੈ ਜੀ, ਠੀਕ ਹੈ। ਤੇ ਹੁਣ ਦੀ ਲਾਈਫ 'ਚ ਮੈਮ, ਸਕੂਲ ਦੀ ਲਾਈਫ ਤੁਹਾਨੂੰ ਕਿੰਨਾ ਕੁ ਡਿਫਰੈਂਸ ਲੱਗਦਾ ਜੀ? ਬਹੁਤ ਜ਼ਿਆਦਾ ਡਿਫਰੈਂਸ ਹੈ। ਬਹੁਤ ਡਿਫਰੈਂਸ ਹੈ? ਕਿੱਦਾਂ? ਮਤਲਬ ਕਿ ਤੂੰ ਕੋਈ ਗੱਲਬਾਤ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਵੀ ਉੱਥੇ ਮੈਨੂੰ ਆਹ ਲੱਗਦਾ ਸੀ ਔਰ ਮੈਨੂੰ ਆਹ ਚੀਜ਼ ਫੀਲ ਹੁੰਦੀ ਹੈ? ਥੋੜ੍ਹਾ ਬਹੁਤ ਕੋਈ ਵੀ ਸਕੂਲ 'ਚ ਤਾਂ ਜੀ ਵਧੀਆ ਮਜ਼ੇ ਕਰਦੇ ਸੀ, ਪਰ ਇੱਥੇ ਆ ਕੇ ਤਾਂ ਫਸ ਗਏ। ਇੱਥੇ ਆ ਕੇ ਫਸ ਗਏ ਜੀ?
ਮੈਮ ਹੋਰ ਕੋਈ ਗੱਲਬਾਤ ਜੀ ਕੁੜੀਆਂ ਨੂੰ ਕਹਿਣਾ ਚਾਹੁੰਦੇ ਹੋ ਵੀ ਫਿਜ਼ੀਕਲ ਲਈ ਜੀ ਕਿੰਨਾ ਕੁ ਫਿੱਟ ਰਹਿਣਾ ਚਾਹੀਦਾ ਜੀ ਕੀ ਤੁਹਾਡਾ ਸ਼ਡਿਊਲ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਜੀ ਸ਼ਡਿਊਲ ਮੇਰਾ ਪੂਰਾ ਟਾਈਟ ਰਹਿੰਦਾ ਆ ਹੈ ਨਾ ਸਵੇਰੇ ਵੀ ਮਾਰਨਿੰਗ ਵਾਕ ਜਿਵੇਂ ਕਰਕੇ ਮੈਡੀਟੇਸ਼ਨ ਕਰਕੇ ਫਿਰ ਕਲਾਸ ਲਈ ਆ ਜਾਈਦਾ ਰੈਡੀ ਹੋ ਕੇ ਅੱਛਾ ਜੀ ਫਿਰ ਥੋੜ੍ਹਾ ਰੈਸਟ ਕਰਕੇ ਕਲਾਸ ਤੋਂ ਜਾ ਕੇ ਮੈਮ ਤੁਹਾਡਾ ਵੀ ਜੀ ਕਰਦਾ ਵੀ ਗੋਲ ਗੋਲ ਗੱਪੇ ਖਾਇਆ ਕਰੀਏ ਜੀ ਖਾਈਦੇ ਆ ਦੇਖ ਕੇ ਚੰਗਾੜ ਲਿਖਦੇ ਵੀ ਹਾਏ ਨਹੀਂ ਉਹ ਚੀਟ ਮੀਲ ਬੜਾ ਤਰੀਕੇ ਦੇ ਨਾਲ ਨਾਮ ਦਿੱਤਾ ਹੋਇਆ ਵਾ ਫਾਸਟ ਫੂਡ ਖਾਣ ਦਾ ਸਾਰਿਆਂ ਨੇ ਨਾ ਹਾਂਜੀ ਹਾਂ ਜਿਹੜੇ ਫਿਟਨੈਸ ਫਰੀਕ ਹੈਗੇ ਆ ਬਿਲਕੁਲ ਬਿਲਕੁਲ ਤਸੱਲੀ ਨਾਲ ਖਾਂਦੇ ਆ ਹਰ ਹਫਤੇ ਪੂਰੇ ਸੈਟਰਡੇ ਸੰਡੇ ਵਧੀਆ ਇੰਜੋਏ ਕਰਦੇ ਆ ਔਰ ਬਸ ਮੈਂ ਸਾਰਿਆਂ ਨੂੰ ਕਹਿੰਦੀ ਆ ਉਹਦੀ ਫਿਟਨੈਸ ਦਾ ਵਧੀਆ ਧਿਆਨ ਰੱਖੋ ਜੇ ਲਾਈਫ ਇੰਜੋਏ ਕਰਨੀ ਆ ਸਭ ਤੋਂ ਇਹਦਾ ਤੁਹਾਡਾ ਸਰੀਰ ਨੇ ਸਾਥ ਦੇਣਾ ਵਾ ਬਿਲਕੁਲ ਜੀ ਅੱਜ ਤੁਸੀਂ ਇਹਨੂੰ ਕਮਾਓਗੇ ਜ਼ਿੰਦਗੀ ਭਰ ਤੁਹਾਡਾ ਸਾਥ ਦੇਊਗਾ ਇੰਜੋਏ ਕਰੋ ਵਧੀਆ ਚਿਲ ਕਰੋ ਹਰ ਇੱਕ ਚੀਜ਼ ਨੂੰ ਜੀਓ ਕੱਟਣੀ ਨਹੀਂ ਗੀ ਜ਼ਿੰਦਗੀ ਜੀ ਕੇ ਦੇਖੋ ਵਧੀਆ ਬਹੁਤ ਸੋਹਣੀ ਗੱਲਬਾਤ ਹੋਈ ਬਹੁਤ ਸੋਹਣੀ ਗੱਲਬਾਤ ਥੈਂਕ ਯੂ ਸੋ ਮਚ ਨਾਮ ਕੀ ਹੈ ਜੀ ਸੁਖਪ੍ਰੀਤ ਕੌਰ ਜੀ ਅੱਛਾ ਸੁਖਪ੍ਰੀਤ ਕੌਰ ਤੁਹਾਡਾ ਨਾਮ ਹੈ ਕਿਹੜੀ ਮੈਮ ਤੁਸੀਂ ਕੰਟਰੀ ਜਾਣਾ ਚਾਹੁੰਦੇ ਹੋ ਜੀ ਕੈਨੇਡਾ ਜੀ ਕੈਨੇਡਾ ਜਾਣਾ ਚਾਹੁੰਦੇ ਹੋ ਜੀ ਕੈਨੇਡਾ ਜਾ ਕੇ ਸੋਚਦੇ ਕਿਉਂ ਵੀ ਲਾਈਫ 'ਚ ਕਰਨਾ ਕੀ ਉੱਥੇ ਫਸਟਲੀ ਤਾਂ ਸਰ ਜਾ ਕੇ ਸਟੱਡੀ ਕਰਨੀ ਆ ਉਸ ਤੋਂ ਬਾਅਦ ਤੁਹਾਡੀ ਉਹਦੇ ਫਰੈਂਡ ਕਿਹੜੀ ਜਿਹੜੀ ਪੱਕੀ ਫਰੈਂਡ ਹੋਵੇ ਪੱਕੀ ਆੜ ਨਾ ਆੜੀ ਸੱਚ ਆਹੀ ਹੈ ਜੀ ਇਹਨਾਂ ਦੀ ਖਾਸ ਗੱਲ ਕਿਹੜੀ ਲੱਗਦੀ ਹੈ ਜੀ ਕੋਈ ਵੀ ਇੱਕ ਗੱਲ ਖਾਸ ਫਸਟਲੀ ਤਾਂ ਵੀ ਇਹ ਵੀਡੀਓ ਬਣਾ ਕੇ ਵੀ ਦੂਸਰੀ ਗਰਲਸ ਨੂੰ ਵੀ ਗਾਈਡ ਕਰਦੇ ਨੇ ਸਰ ਵੀ ਕਿੱਦਾਂ ਆਪਣੇ ਆਪ ਨੂੰ ਫਿੱਟ ਰੱਖਣਾ ਆ ਠੀਕ ਹੈ ਜੀ ਫਿਰ ਤੁਸੀਂ ਇਹਨਾਂ ਨੂੰ ਦੇਖ ਕੇ ਮੋਟੀਵੇਟ ਹੋਏ ਬੜਾ ਮੋਟਾ ਜੀ ਯੈਸ ਹੈ ਜੀ ਛੱਡਤੇ ਖਾਣੇ ਪਰੌਂਠੇ ਪਰੂੰਠੇ ਉਹ ਤਾਂ ਮੰਮੀ ਦਾ ਕਿਹੜਾ ਖਵਾਉਂਦੇ ਨਹੀਂ ਕਿੰਨਾ ਟਾਈਮ ਅਜੇ ਹੋਰ ਲਾਉਣਾ ਹੈ ਬਸ ਹੋਰ ਨਹੀਂ ਲਾਉਣਾ ਬਹੁਤ ਅੱਕ ਗਏ ਬਾਈ ਨਹੀਂ ਬੈਂਡ ਕਿੰਨੇ ਗਾ ਜਾਂਦੇ ਆ ਮਨ ਕਿਚਲੇ ਵੀ ਬੈਂਡ ਬਈ ਆ ਜਾਂਦੇ ਆ 6:30 ਹੀ ਫਿਰ ਤਾਂ ਮੂੰਹ ਸਹੀ ਹੈ ਕੰਮ ਜੀ ਜਿਹਾ ਲੱਗਿਆ ਪਿਆ ਵੀਰੇ ਇੰਸਟੀਟਿਊਟ 'ਚ ਅੱਛਾ ਜੀ ਲੱਗਿਆ ਪਿਆ ਉਹ ਬੰਦਾ ਮੈਨੂੰ ਆਰਾਮ ਹੀ ਲੱਗਦਾ ਵੇ ਕਿਹੜੀ ਮੈਂ ਤੁਸੀਂ ਕੰਟਰੀ ਜਾਣਾ ਚਾਹੁੰਦੇ ਹੋ ਜੀ ਸਰ ਕੈਨੇਡਾ ਕੈਨੇਡਾ ਜਾਣਾ ਸੋਚਦੇ ਹੋ ਕਿ ਕੈਨੇਡਾ ਜਾ ਕਰਨਾ ਕੀ ਹੈ ਸਟੱਡੀ ਐਂਡ ਵਰਕ ਉਰੇ ਵੀ ਸਟੱਡੀ ਕਰਦੇ ਹੋ ਯੈਸ ਸਰ ਉੱਥੇ ਵੀ ਸਟੱਡੀ ਕਰਨੀ ਹੈ ਯੈਸ ਉੱਥੇ ਕੰਮ ਕੀ ਸੁੱਤ ਵੀ ਕੰਮ ਕੀ ਕਰਨਾ ਦਿਹਾੜੀ ਠੀਕ ਹੈ ਕੰਮ ਠੀਕ ਹੈ ਉੱਥੇ ਕਿ ਦਿਹਾੜੀ ਕਰਨੀ ਹੈ ਕੋਈ ਨਾ ਮੈਂ ਤੁਹਾਡੇ ਵਾਸਤੇ ਸੀ ਤੁਹਾਨੂੰ ਤੁਸੀਂ ਭੱਠੇ 'ਤੇ ਲਵਾ ਦਾਂਗੇ ਜੀ ਗੱਲਬਾਤ ਇਸ ਕਲਾਸ ਨੂੰ ਵਧੀਆ ਲੱਗਦੀ ਹੋਵੇ ਜੀ ਵੱਡੇ ਵੀਰ ਸ਼ਾਂਤੀ ਵਧੀਆ ਫੈਸਿਲਿਟੀਜ਼ ਪ੍ਰੋਵਾਈਡ ਹੈ ਇੱਥੇ ਸਟੱਡੀ ਵੀ ਵਧੀਆ ਹੈਗੀ ਅੱਛਾ ਜੀ ਨਹੀਂ ਠੀਕ ਹੈ ਕੰਮ ਠੀਕ ਹੈ ਜੀ ਸ਼ੌਂਕ ਕਿੱਦਾਂ ਕਿੱਦਾਂ ਦੇ ਰੱਖਦੇ ਹੋ ਜੀ ਡਾਂਸਿੰਗ ਸਿੰਗਿੰਗ ਅੱਛਾ ਜੀ ਕਿਹੜੀ ਮੈਂ ਤੁਸੀਂ ਕੰਟਰੀ ਜਾਣਾ ਚਾਹੁੰਦੇ ਹੋ ਜੀ ਮੈਂ ਸਰ ਆਸਟ੍ਰੇਲੀਆ ਆਸਟ੍ਰੇਲੀਆ ਜਾ ਕੇ ਸੋਚਦੇ ਹੋ ਕਿ ਕਰਨਾ ਕੀ ਹੈ ਲਾਈਫ 'ਚ ਸਟੱਡੀ ਉਦੋਂ ਫਿਰ ਮਾਪਿਆਂ ਦੇ ਉੱਥੇ ਸੱਦ ਕੇ ਮਾਪਿਆਂ ਨੂੰ ਉਹਨਾਂ ਦੀ ਸੇਵਾ ਕਰਨੀ ਹੈ ਨਹੀਂ ਨਹੀਂ ਬਹੁਤ ਵਧੀਆ ਜੀ ਸੋ ਮੈਮ ਤੁਹਾਡਾ ਨਾਮ ਕੀ ਹੈ ਜੀ ਸੰਦੀਪ ਵਿਆਹ ਹੋ ਚੁੱਕਿਆ ਜੀ ਹਾਂਜੀ ਆਹ ਫੋਟੋ ਬਣਾ ਮੈਂ ਕਿ ਜੀ ਕਦੋਂ ਵਾਪਰਿਆ ਭਾਣਾ ਜੀ ਇਹ ਤਾਂ ਮੈਮ ਕੰਮ 'ਚ ਹੈਲਪ ਕਰਾਉਂਦੇ ਜੀ ਉਹ ਬਾਹਰ ਆ ਜੀ ਆਸਟ੍ਰੇਲੀਆ ਅੱਛਾ ਆਸਟ੍ਰੇਲੀਆ ਬੈਠੇ ਜੀ ਤੁਸੀਂ ਵੀ ਆਸਟ੍ਰੇਲੀਆ ਹੀ ਜਾਣਾ ਜੀ ਫਿਰ ਹਾਂਜੀ ਨਹੀਂ ਠੀਕ ਹੈ ਜੀ ਠੀਕ ਹੈ ਅਤੇ ਫੋਨ 'ਤੇ ਗੱਲਬਾਤ ਹੁੰਦੀ ਹੈ ਜੀ ਹਾਂਜੀ ਵਾਧੂ ਨਹੀਂ ਮਤਲਬ ਹਾਲ ਚਾਲ ਕਿੱਦਾਂ ਦੇ ਪੁੱਛਦੇ ਕੀ ਪੁੱਛਦੇ ਹੁੰਦੇ ਤੁਹਾਨੂੰ ਜੀ ਮੰਨ ਕੇ ਚਲੋ ਜੀ ਸਟੱਡੀ ਵਾਰੀ ਬਸ ਜ਼ਿਆਦਾ ਵੀ ਲੈ ਜਾਈਂ ਕਿ ਬੈਂਡ ਕੈਮਾ ਮਤਲਬ ਪੇਪਰ ਦੇ ਦਾ ਜਾਂ ਦੇਣਾ ਜੀ ਹਜੇ ਦੇਣਾ ਜੀ ਅੱਛਾ ਜੀ ਉਰੇ ਕਿੰਨੇ ਬੈਂਡ ਆ ਜਾਂਦੇ ਆ ਜੀ ਅਜੇ ਤਾਂ ਘੱਟ ਹੀ ਆਉਂਦੇ ਜੀ ਉਰੇ ਘੱਟ ਹੁੰਦੇ ਫਿਰ ਵੀ ਕੋਈ ਮੰਨ ਚਲੋ 4.5 ਵੀ ਹੁੰਦਾ ਜੀ ਇੱਕ ਹਾਂਜੀ ਆ ਜਾਂਦੇ ਇਹਨਾਂ ਦਾ 4.5 ਕਿੱਥੇ ਬਈ ਜਾਣਾ ਚਾਹੁੰਦੇ ਹੋ ਕੈਨੇਡਾ ਵੀਰੇ ਕੈਨੇਡਾ ਜਾਣਾ ਚਾਹੁੰਦੇ ਹੋ ਕੈਨੇਡਾ ਕੇ ਸੋਚਦਾ ਕਿ ਵੀ ਕਰਨਾ ਕੀ ਲਾਈਫ 'ਚ ਕੋਈ ਉਦੇਸ਼ ਹੈਗਾ ਉਦੇਸ਼ ਤਾਂ ਨਹੀਂ ਵੀਰੇ ਬਸ 5-6 ਸਾਲ ਲਾ ਕੇ ਵਾਪਸ ਆ ਜਾਣਾ ਵੀ ਹਾਂ ਫਿਰ ਵਾਪਸ ਪੰਜਾਬ 'ਚ ਕਿਉਂ ਆਉਣਾ ਬਈ ਜੇ ਜਾਣਾ ਹੀ ਆ ਫਿਰ ਨਹੀਂ ਬਸ ਵਧੀਆ ਆਪਦੇ ਪੇਰੈਂਟਸ ਕੋਲ ਰਹਿਣਾ ਵੀਰੇ ਬਾਹਰ ਪਰਮਾਨੈਂਟਲੀ ਰਹਿਣਾ ਸੋ ਦੇਖੋ ਹਰ ਇੱਕ ਬੱਚੇ ਦੀ ਆਪਣਾ ਆਪਣੀ ਸੋਚ ਆ ਆਪਣਾ ਆਪਣਾ ਪੁਆਇੰਟ ਆਫ ਵਿਊ ਹੁੰਦਾ ਨਾਮ ਕੀ ਸੀ ਮੈਮ ਤੁਹਾਡਾ ਜੀ ਹਰਮੀਤ ਕੌਰ ਆ ਮੈਮ ਪੈਂਟ ਦਾ ਕੀ ਸਰ ਇਹ ਵੱਡੀ ਫੈਸ਼ਨ ਆ ਅੱਛਾ ਫੈਸ਼ਨ ਆ ਜੀ ਮੈਂ ਕਹਿਣ ਲੱਗੀ 20-20 ਰੁਪਏ ਪਾ ਦਿਓ ਕਿੱਡੀ ਗੱਲ ਹੈ ਉਹ ਇਹਦੇ ਬਾਹਲੀ ਗਰੀਬੀ ਆਈ ਹੋਈ ਆ ਉਹ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨਹੀਂ ਦਿਖਾਉਂਦੇ ਨਹੀਂ ਦਿਖਾਉਂਦੇ ਚੱਲ ਨਹੀਂ ਦਿਖਾਉਂਦੇ ਕੋਈ ਨਹੀਂ ਕੋਈ ਨਹੀਂ ਦੇਖੋ ਵੀ ਚਲੋ ਹਾਸੇ ਨਾਲ ਹੱਸ ਖੜੇ ਰਹੀ ਹਾਂ ਇਹ ਫੈਸ਼ਨ ਹੈਗਾ ਨਹੀਂ ਨਹੀਂ ਠੀਕ ਹੈ ਮੈਮ ਠੀਕ ਹੈ ਦੇਖੋ ਸਮੇਂ ਦੇ ਨਾਲ ਚੱਲਣਾ ਪੈਂਦਾ ਜੀ ਮੈਮ ਸ਼ੌਂਕ ਕਿੱਦਾਂ ਕਿੱਦਾਂ ਦੇ ਰੱਖਦੇ ਹੋ ਜੀ ਹਜੇ ਤੱਕ ਤਾਂ ਕੋਈ ਵੀ ਸ਼ੌਂਕ ਨਹੀਂ ਹੈ ਕੋਈ ਵੀ ਸ਼ੌਂਕ ਨਹੀਂ ਹੈਗਾ ਜੀ ਅੱਗੇ ਜਾ ਕੇ ਕੀ ਸ਼ੌਂਕ ਸੋਚਿਆ ਜੀ ਵੀ ਰੱਖਣੇ ਕਿਹੜੇ ਕਿਹੜੇ ਸ਼ੌਂਕ ਹੈ ਜੀ ਸ਼ੌਂਕ ਰੱਖਣੇ ਪਹਿਲਾਂ ਤਾਂ ਸਟੱਡੀ ਕਰਨੀ ਹੈਗੀ ਆ ਅੱਛਾ ਸ਼ੌਂਕ ਕਿੱਦਾਂ ਕਿੱਦਾਂ ਦੇ ਨੇ ਮੈਮ ਬਸ ਰੀਡਿੰਗ ਬੁੱਕਸ ਮਤਲਬ ਪੜ੍ਹਾਈ ਵਾਲੀ ਸ਼ੌਂਕ ਰੱਖੀ ਦੇ ਜੀ ਨਹੀਂ ਠੀਕ ਹੈ ਜੀ ਅਤੇ ਨਾਮ ਕੀ ਹੈ ਤੁਹਾਡਾ ਜੀ ਸਰ ਰਮਨਦੀਪ ਕੌਰ ਰਮਨਦੀਪ ਕੌਰ ਮੈਮ ਤੁਹਾਨੂੰ ਇੱਕ ਮੈਂ ਟਾਂਗ ਟਿਪਸ ਦੱਸਣਾ ਜੀ ਤੁਸੀਂ ਆਪਦੀ ਹਰ ਗੱਲ ਦੇ ਪਿੱਛੇ ਲਾਉਣਾ ਜੀ ਗਲਤੀ ਨਾਲ ਜੀ ਹਰ ਗੱਲ ਦੇ ਪਿੱਛੇ ਜੀ ਤਾਂ ਨਾਮ ਕੀ ਹੈ ਜੀ ਰਮਨਦੀਪ ਕੌਰ ਗਲਤੀ ਨਾਲ ਹੁਣ ਬੜੀ ਨਾ ਗੱਲ ਕਿੰਨੇ ਟਾਈਮ ਤੁਸੀਂ ਆਇਲਸ ਕਰਦੇ ਹੋ ਜੀ ਸਰ 1 month ਹੋਇਆ ਜੀ ਗੱਲ ਨਹੀਂ ਜਨਮ ਕਦੋਂ ਹੋਇਆ ਜੀ ਹੁਣ ਮੇਨ ਚੀਜ਼ ਸੁਣਿਓ ਦੱਸ ਦਿਓ ਮੈਮ ਦੱਸ ਦਿਓ ਜੀ ਕਦੋਂ ਹੋਇਆ ਜੀ 2002 ਸਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਭਾਈ ਜ਼ਰੂਰ ਦੱਸਿਓ ਵੀ ਤੁਹਾਡੇ ਅਕੋਰਡਿੰਗ ਜਿਹੜਾ ਚੁਗਲੀਆਂ ਨੇ ਉਹ ਮੁੰਡੇ ਕਰਦੇ ਜਾਂ ਕੁੜੀਆਂ ਕਰਦੀਆਂ ਨੇ ਕੁੜੀਆਂ ਬਾਤ ਕਰਦੀਆਂ ਪੱਕੀ ਗੱਲ ਹੈ ਲੈ ਗੱਲ ਫਿਰ ਆਪਾਂ ਕੁੜੀ ਨੂੰ ਪੁੱਛ ਲਈਏ ਮੈਮ ਤੁਹਾਡੇ ਕੋਲ ਚੁਗਲੀਆਂ ਬਾਤ ਕੌਣ ਕਰਦਾ ਜੀ ਦੋਨੇ ਕਰਦੇ ਆ ਜੀ
अच्छा दोनों का थोड़े अकॉर्डिंग भी कौन करता जा चुकली है थोड़ी करते कुड़ियां करते हैं ठीक है थोड़े अकॉर्डिंग भाई कुड़ियां भाई कुड़ियां इन्हें पक्का माथे आ भी कुछ मार दिया जाए मैं कुड़ियां का नाम लेना है भाई रीजन क्या थोनू किला भी कुड़ियां क्यों करदियां ने दे सुने यार आप से देखा भी अभी बैठियां दो जानी अभी चुप करके नहीं बह सकती होंदियां मैं थोड़े कोने चूले जांदे कौन करदा दोनों ही करते हैं तू सीधी कह दो भी असी करते हैं असी इकल्ले नहीं करदे अच्छा दोनों करदे हो चल ठीक है मैम हां हां ए भाई सच्चाई बोलूंगा 10% ਤਾਂ ਮੁੰਡੇ ਕਰਦੇ ਆ 90% ਕੁੜੀਆਂ ਕਰਦੇ ਆ ਹਾਂ ਹਾਂ ਸਾਂਝਾ ਤਾਂ ਵੱਧ ਥੋੜਾ ਜਿਹਾ ਨਹੀਂ ਨਹੀਂ ਦੋਨੋਂ ਕਰਦੇ ਆ ਦੋਨੋਂ ਕਰਦੇ ਆ ਜੀ ਮੁੰਡੇ ਤੁਹਾਡੇ ਅਕੋਰਡਿੰਗ ਆ ਕੁੜੀਆਂ ਕਰਦੇ ਆ ਕੁੜੀਆਂ ਕਰਦੇ ਨੇ ਇੱਕ ਗੱਲ ਮੰਨਣਯੋਗ ਹੈ ਵੀ ਮੁੰਡੇ ਨੇ ਕਿਸੇ ਨੇ ਇਹ ਨਹੀਂ ਕਿਹਾ ਵੀ ਮੁੰਡੇ ਚੁਗਲੀਆਂ ਕਰਦੇ ਨੇ ਪਰ ਕੁੜੀਆਂ ਸਾਰੇ ਪਤਾ ਕੀ ਕਹਿ ਰਹੇ ਨੇ ਵੀ ਦੋਨੋਂ ਕਰਦੇ ਨੇ ਹੈ ਜੀ ਆ ਗਿਆ ਤੁਹਾਡੇ ਕੋਲ ਆ ਗਿਆ ਤੁਹਾਡੇ ਕੋਲ ਆ ਗਿਆ ਹਾਂ ਜਿਹੜੇ ਤੁਹਾਡੇ ਜਜ਼ਬਾਤ ਨੇ ਬਾਹਰ ਕੱਢੋ ਜੀ ਕੁੜੀਆਂ ਸੱਚੀਆਂ ਹੁੰਦੀਆਂ ਕੁੜੀਆਂ ਨੇ ਸੱਚ ਬੋਲਤਾ ਵੀ ਦੋਨੋਂ ਕਰਦੇ ਆ ਨਹੀਂ ਨਹੀਂ ਇਹ ਦੋਨੋਂ ਪਤਾ ਤੁਸੀਂ ਰਾਜ ਨਹੀਂ ਦੱਸ ਰਹੇ ਅਸਲ ਕੀ ਹੈ ਉਹ ਪਹਿਲਾਂ ਆਂਟੀਆਂ ਵੇਲੀਆਂ ਹੁੰਦੀਆਂ ਸੀ ਉਹ ਗਲੀਆਂ 'ਚ ਬੈਠੀਆਂ ਮੰਜੇਡਾ ਕੇ ਚੂਲੀਆਂ ਕਰੀ ਜਾਂਦੀਆਂ ਸੀ ਉਹ ਹੁਣ ਅੱਜ ਕੱਲ੍ਹ ਦੀਆਂ ਕੁੜੀਆਂ 'ਤੇ ਵੀ ਲਾਤਾ ਤੁਸੀਂ ਆਉਣ ਵਾਲੇ ਸਮੇਂ 'ਚ ਕੀ ਬਣਨਾ ਜੀ ਪਹਿਲਾਂ ਵਾਲੀਆਂ ਆਂਟੀਆਂ ਹੈ ਪਹਿਲਾਂ ਵਾਲੀਆਂ ਆਂਟੀਆਂ ਦੇ ਹਿਸਾਬ ਨਾਲ ਕਿਹਾ ਨਹੀਂ ਨਹੀਂ ਆਉਣ ਵਾਲੇ ਸਮੇਂ ਜਿਵੇਂ ਹੁਣ ਇਹ ਇਹ ਮੁੰਡਾ ਹੁਣ ਅੱਗੇ ਕੀ ਬਣੂਗਾ ਜੀ ਇਹ ਉਹ ਮਰਦ ਬਣੇਗਾ ਉਹ ਸੋਚ ਰਿਹਾ ਮੈਂ ਕਹਾਂ ਕੀ ਉਹ ਕੋਈ ਨਹੀਂ ਮਰਦ ਤਾਂ ਹੀ ਡੈਡੀ ਬਣੂ ਨਹੀਂ ਨਹੀਂ ਠੀਕ ਹੈ ਕੰਮ ਕਹਿ ਵਿੱਚ ਕੰਮ ਮੁੜ ਜਾਂਦਾ ਸੋ ਮੁੰਡਿਆਂ ਦਾ ਪੁਆਇੰਟ ਆਫ ਵੀ ਦੇਖਿਆ ਜੀ ਬਈ ਕੁੜੀਆਂ ਦਾ ਪੁਆਇੰਟ ਆਫ ਵੀ ਦੇਖਿਆ ਵੀ ਜ਼ਿਆਦਾਤਰ ਜਿਹੜਾ ਕਿਹਾ ਵੀ ਚਲੋ ਮੁੰਡਿਆਂ ਨੇ ਵੀ ਇਹ ਕਿਹਾ ਵੀ ਕੁੜੀਆਂ ਕਰ ਦਿੰਦੇ ਕੁੜੀਆਂ ਨੇ ਕਿਹਾ ਵੀ ਮੁੰਡੇ ਕਰ ਦਿੰਦੇ ਹਾਂ ਬਾਈ ਜੀ ਤੁਹਾਡਾ ਨਾਮ ਕੀ ਹੈ ਬਹੁਤ ਸੋਹਣੇ ਲੋਕਾਂ ਬਈ ਬਹੁਤ ਸੋਹਣੇ ਲੱਗਦੇ ਮਾਈਕ ਫੜੋ ਵੀਰੇ ਕਿੰਨੇ ਟਾਈਮ ਤੋਂ ਬਾਈ ਤੁਸੀਂ ਆਇਲਸ ਕਰਦੇ ਹੋ 25 ਦਿਨ ਹੋ ਗਏ ਗਿਣਤੀ ਭਾਈ ਇਹਨੇ ਗਿਣੇ ਹੋਏ ਨੇ ਕਿੰਨੇ ਦਿਨ ਹਜੇ ਹੋਰ ਲਾਉਣੇ ਆ ਬਸ 5 ਦਿਨ ਹੋਰ ਇੱਕ ਦਾ ਪੇਪਰ ਹੈ ਵੀਰੇ ਤੇ ਪੇਪਰ ਹੈ ਪ੍ਰਮਾਤਮਾ ਕਰੇ ਵੀਰੇ ਤੁਹਾਡੇ ਵਧੀਆ ਵਧੀਆ ਬੈਂਡ ਆਉਣ ਤੇ ਵੀ ਤੁਸੀਂ ਕਿਹੜੀ ਤੁਸੀਂ ਕੰਟਰੀ ਜਾਣਾ ਚਾਹੁੰਦੇ ਹੋ ਵੀਰੇ ਕੈਨੇਡਾ ਤੋਂ ਚੱਲੀਏ ਵੈਸੇ ਕੈਨੇਡਾ ਯੂਕੇ ਆਸਟ੍ਰੇਲੀਆ ਤਿੰਨਾਂ 'ਚ ਕੋਈ ਮਿਲ ਜੇ ਉੱਧਰ ਹੀ ਵਗ ਜਾਂਗੇ ਭਾਈ ਸੋਚਦਾ ਕੀ ਹੈ ਜ਼ਿੰਦਗੀ 'ਚ ਵੀ ਜ਼ਿੰਦਗੀ 'ਚ ਖੱਟਣਾ ਕੀ ਚਾਹੁੰਦਾ ਬਾਹਰ ਜਾ ਕੇ ਖੱਟਣਾ ਹੀ ਪਹਿਲਾਂ ਤਾਂ ਇੱਥੋਂ ਨਿਕਲਣਾ ਹੀ ਪੰਜਾਬ ਤੋਂ ਕੇ ਵਾਪਸ ਠੀਕ ਹੈ ਅਤੇ ਬਸ ਨਹੀਂ ਇੱਥੋਂ ਤੂੰ ਇੰਨਾ ਕਿਆ ਕਿਉਂ ਪਿਆ ਚੱਕਰ ਕੀ ਹੈ ਰੀਜ਼ਨ ਕੀ ਹੈ ਬਸ ਇੱਥੇ ਨੌਕਰੀ ਨਹੀਂ ਦਿੰਦੀਆਂ ਸਰਕਾਰਾਂ ਸਿਰਫ ਹਾਸੇ ਖੇਡੀਆਂ ਕਰਦੀਆਂ ਹਾਂ ਕੋਈ ਸਾਡਾ ਜਿਹੜਾ ਮਕਸਦ ਹੈ ਉਹ ਸਿਰਫ ਇੰਟਰਟੇਨਮੈਂਟ ਕਰਨਾ ਜੀ ਹਾਂ ਅਸੀਂ ਕਿਸੇ ਮੁੱਦੇ ਨੂੰ ਦੇ ਰੂਪ 'ਚ ਜਿਹੜਾ ਵੀਡੀਓ ਨੂੰ ਨਹੀਂ ਲੈ ਕੇ ਆਉਂਦੇ ਸੋ ਜ਼ਰੂਰ ਕਹਾਂਗੇ ਵੀ ਜੇ ਵੀਡੀਓ ਵਧੀਆ ਲੱਗਦੀ ਰਹੇ ਵੀਡੀਓ ਨੂੰ ਯਾਰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੀ ਵੀਡੀਓ ਸਿਰਫ ਇੰਟਰਟੇਨਮੈਂਟ ਲਈ ਇਹਨੂੰ ਕਿਸੇ ਪ੍ਰਕਾਰ ਦਾ ਕੋਈ ਮੁੱਦਾ ਨਾ ਬਣਾਇਓ ਜੇ ਵੀਡੀਓ ਵਧੀਆ ਲੱਗੀ ਯਾਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਸੈਕਸ਼ਨ ਵਿੱਚ ਤੁਸੀਂ ਆਪਣਾ ਪੁਆਇੰਟ ਆਫ ਵਿਊ ਜ਼ਰੂਰ ਦੱਸਿਓ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੇ ਤੁਸੀਂ ਚਾਹੁੰਦੇ ਹੋ ਅਸੀਂ ਤੁਹਾਡੇ ਸਕੂਲਾਂ ਕਾਲਜਾਂ ਅਤੇ ਇੰਸਟੀਟਿਊਟ ਵਿੱਚ ਆ ਕੇ ਰੌਣਕ ਲਾਈਏ ਸਾਡੇ ਨਾਲ ਕੰਟੈਕਟ ਕਰੋ ਸਾਡਾ ਇੰਸਟਾਗ੍ਰਾਮ ਪੇਜ ਸਟੂਡੈਂਟ ਮਹਿਕਮਾ 850 ਨੇ ਸਾਨੂੰ ਮੈਸੇਜ ਕਰੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਥੈਂਕ ਯੂ ਸੋ ਮਚ ਸੋ ਹਾਂਜੀ ਹੁਣ ਤੁਸੀਂ ਬੱਚਿਆਂ ਦੀ ਜਿਹੜੀਆਂ ਰੌਣਕਾਂ ਨੇ ਉਹ ਦੇਖੀਆਂ ਸੀ ਉਹ ਵੀ ਸਾਨੂੰ ਜ਼ਰੂਰ ਦੱਸਿਆ ਕਰੋ ਵੀ ਕਮੈਂਟ ਕਰਕੇ ਕਿਵੇਂ ਲੱਗੀਆਂ ਹਾਂ ਜੇ ਇਸ ਇੰਸਟੀਟਿਊਟ ਦੀ ਗੱਲਬਾਤ ਕਰੀ ਤਾਂ ਸਾਡੇ ਨਾਲ ਇਸ ਇੰਸਟੀਟਿਊਟ ਦੇ ਓਨਰ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਨੇ ਜੀ ਹਾਂਜੀ ਬਹੁਤ ਵਧੀਆ ਜੀ ਸਰ ਜੇ ਇਸ ਇੰਸਟੀਟਿਊਟ ਦੀ ਗੱਲਬਾਤ ਕਰੀਏ ਸਰ ਕਿੰਨਾ ਟਾਈਮ ਹੋ ਗਿਆ ਜੀ ਓਪਨਿੰਗ ਹੋਈ ਨੂੰ ਜੀ ਇਸ ਇੰਸਟੀਟਿਊਟ ਨੂੰ ਜੀ ਅਸੀਂ 2 ਅਪ੍ਰੈਲ 2018 ਦੇ ਵਿੱਚ ਸ਼ੁਰੂ ਕੀਤਾ ਸੀਗਾ ਰਾਮਪੁਰੇ ਤੋਂ ਸ਼ੁਰੂ ਕੀਤਾ ਸੀਗਾ ਜੀ ਓਕੇ ਜੀ ਓਕੇ ਹਾਂਜੀ ਉਸ ਤੋਂ ਬਾਅਦ ਬਠਿੰਡਾ ਤੇ ਮਾਨਸਾ ਬ੍ਰਾਂਚਾਂ ਖੋਲਣੀਆਂ ਹੁਣ 3 ਬ੍ਰਾਂਚਾਂ ਆਈਆਂ ਸਟੈਲਰ ਦੀਆਂ ਚੱਲਦੀਆਂ ਓਕੇ ਜੀ ਓਕੇ ਓਕੇ ਠੀਕ ਹੈ ਜੀ ਹਾਂਜੀ ਸਰ ਵੀਜ਼ਾ ਰਿਗਾਰਡਿੰਗ ਦੀ ਗੱਲਬਾਤ ਕਰਾਂ ਤਾਂ ਤੁਸੀਂ ਕਿਹੜੇ ਕਿਹੜੇ ਸਰ ਕੰਟਰੀ ਨਾਲ ਤੁਸੀਂ ਡੀਲ ਕਰਦੇ ਹੋ ਜੀ ਅਸੀਂ ਮੈਂ ਸਟੱਡੀ ਵੀਜ਼ਾ ਡੀਲ ਕਰਦੇ ਹਾਂ ਜੀ ਆਸਟ੍ਰੇਲੀਆ ਤੇ ਕੈਨੇਡਾ ਦਾ ਓਕੇ ਜੀ ਓਕੇ ਠੀਕ ਹੈ ਜੀ ਠੀਕ ਹੈ ਸਰ ਮੈਂ ਬਾਰੇ ਪੋਸਟਰ ਵੀ ਦੇਖਿਆ ਜੀ ਉਹ ਲੱਕੀ ਡਰਾ ਦਾ ਸਰ ਉਹ ਸਿਸਟਮ ਕੀ ਹੈ ਜੀ ਮਤਲਬ ਕਿੰਨਾ ਬੱਚਾ ਉਹਦੇ ਲਈ ਉਹ ਜਿਹੜਾ ਡਰਾਗ ਆ ਉਹ ਪਾਸ ਇਹਨੂੰ ਸਿਸਟਮ ਕੀ ਸਾਨੂੰ ਸਰ ਜ਼ਰੂਰ ਸਮਝਾਵੇ ਜੀ ਉਹ ਤਾਂ ਇਸ ਤਰ੍ਹਾਂ ਨੇ ਜੀ ਸਟੈਲਰ ਨੇ ਜਿਹੜੇ ਆਪਦੇ ਸ਼ਾਨਦਾਰ 5 ਸਾਲ ਪੂਰੇ ਕੀਤੇ ਆ ਜੀ 2 ਅਪ੍ਰੈਲ ਨੂੰ ਸਾਡੀ 6ਵੀਂ ਵਰ੍ਹੇਗੰਢ ਆ ਰਹੀ ਹੈ ਅੱਛਾ ਜੀ ਹਾਂ ਉਹ ਸ਼ਾਨਦਾਰ 5 ਵਰ੍ਹੇ ਵੇਖੋ ਲੋਕਡਾਊਨ ਵੀ ਆਇਆ ਸੀ ਬੁਰਾ ਟਾਈਮ ਵੀ ਆਇਆ ਸਾਰਾ ਕੁਝ ਤਾਂ ਵੀ ਸਾਡੇ ਬਹੁਤ ਵਧੀਆ ਰਿਹਾ ਬਹੁਤ ਪ੍ਰੋਗਰੈਸ 'ਚ ਰਹੇ ਹਾਂ ਤਾਂ ਕਰਕੇ ਅਸੀਂ ਉਸ ਸ਼ਾਨਦਾਰ ਜਿਹੜੇ 5 ਵਰ੍ਹੇ ਪੂਰੇ ਹੋਏ ਆ ਉਹਦੀ ਖੁਸ਼ੀ ਦੇ ਵਿੱਚ ਇੱਕ ਇਹ ਕੀਤਾ ਵੀ ਜਿਹੜੇ ਬੱਚੇ ਸਾਡੇ ਕੋਲ ਹੁਣ ਐਡਮਿਸ਼ਨ ਲੈਣਗੇ ਕੋਈ ਆਇਲਸ 'ਚ ਲਊਗਾ ਕੋਈ ਪੀਟੀ 'ਚ ਲਊਗਾ ਕੋਈ ਸਪੋਕਨ 'ਚ ਲਊਗਾ ਜਾਂ ਕੋਈ ਵੀਜ਼ੇ ਵਾਸਤੇ ਆਉਂਦਾ ਜੀ ਹੈ ਨਾ ਉਹਨਾਂ ਨੂੰ ਅਸੀਂ ਕੂਪਨ ਦੇ ਦਿੰਦੇ ਹਾਂ ਉਹ ਕੱਢ ਲਾਂਗੇ ਡਰਾ ਕੱਢਾਂਗੇ ਉਹਨਾਂ ਕੋਲ ਓਕੇ ਸਰ ਓਕੇ ਜੀ ਅਤੇ ਮੈਂ ਵੀ ਬੱਚਿਆਂ ਨੂੰ ਜ਼ਰੂਰ ਰੈਕਮੈਂਡ ਕਰੂੰਗਾ ਆਇਲਸ ਦੇ ਲਈ ਪੀਟੀ ਦੇ ਲਈ ਜਾਂ ਸਟੱਡੀ ਵੀਜ਼ੇ ਲਈ ਤੁਸੀਂ ਆਫਰ ਲੈਟ ਅਪਲਾਈ ਕਰ ਦਿਓ ਜਾਂ ਉਹਨੇ ਤੁਸੀਂ ਜੁਆਇਨ ਕਰ ਦਿਓ ਕਲਾਸਿਸ ਤਾਂ ਤੁਹਾਡੇ ਫ੍ਰੀ 'ਚ ਨੇੜੇ ਉਹ ਕੂਪਨ ਦਿੱਤੇ ਜਾਣਗੇ ਕਿਤੇ ਨਾ ਕਿਤੇ ਚਲੋ ਐਂ ਵੀ ਚਲੋ ਇੱਕ ਚੰਗੀ ਕਿਸਮਤ ਲਾ ਲਓ ਤੁਹਾਨੂੰ ਵਧੀਆ ਚੀਜ਼ ਜਿਹੜੀ ਨਿਕਲ ਵੀ ਸਕਦੀ ਆ ਸੋ ਵੀਜ਼ਾ ਰਿਗਾਰਡਿੰਗ ਜੇ ਕਿਸੇ ਬੱਚੇ ਨੇ ਕੋਈ ਸਰਵਿਸਿਜ਼ ਲੈਣੀ ਆ ਤਾਂ ਤੁਸੀਂ ਦਿੱਤੇ ਹੋਏ ਨੰਬਰ ਆ ਤੁਸੀਂ ਜਿਹੜਾ ਕੰਟੈਕਟ ਹੈ ਉਹ ਕਰ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ